खर्चे रख लो ये ना जी, बाकी होर भी ने बैंक च भी ने, बाकी मैं चला दूंगा जी गूगल पे। हाँ जी हाँ 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 ठीक है, तो इतने मैं रख लेती हूँ, फिर मेरे को गूगल पे करते। हाँ जी हाँ जी पक्का जी, अपनी तो एक गल होगी, मैं हो ले होना सोना ले होना सोना। हाँ मैं यहीं पे हूँ। हाँ हाँ ठीक है जी, जल्दी आ जाना। पैसे तो मिल गए, सोना भी मिल जाएगा। एक रात की बात है, सुबह लेकर फरार हो जाऊंगी। मैंने इनसे क्या लेना, चल रख लेती हूँ। ਐਡੇ ਲੁੱਚੇ ਜਵਾਕ ਦੇਖੇ, ਮੈਂ ਕਿਹਾ ਉਹ ਦਾਤਣ ਲੈ ਆਇਓ ਕਿੱਕਰ ਵਾਲੀ, ਪਰ ਹਲੇ ਪਹਾੜੀ ਕਿੱਕਰੀ ਵੱਢ ਲਿਆ ਮੋਛਾ ਅੱਗੇ, ਹੁਣ ਕਰੀ ਜਲਦੀ ਦੱਸ ਦੇਣ ਇਹੋ ਜਿਹੇ ਕਾਹਨੂੰ ਦੇਵੇ ਰੱਬ। ਲੁੱਚਿਆਂ ਦੇ ਸਰਦਾਰ ਨੇ ਲੁੱਚਿਆਂ ਦੇ, ਮੁੰਨਾ ਅੱਜ ਤਾਂ ਫਿਰ ਦਿੱਲੀ ਵਾਲੀ ਦੀਆਂ ਖਾਵਾਂਗੇ ਬਣੀਆਂ ਹੋਈਆਂ। ਝਟਨੀ ਚੁੱਟਣੀ ਆਉਂਦੀ ਹੂ ਭਲਾ ਇਹਨੂੰ, ਮੈਨੂੰ ਤਾਂ ਨਹੀਂ ਲੱਗਦਾ ਇਹਨੂੰ ਕੀ ਪਤਾ ਹੂ ਪਦੀਨੇ ਬਾਰੇ। ਇਹਨੂੰ ਕਿਵੇਂ ਪਤਾ ਹੋਊ ਵੀ ਪੁਦੀਨੇ ਦਾ ਮਿਸ਼ਰਣ ਹਰੀ ਮਿਰਚੀ ਦੇ ਨਾਲ ਕਰਕੇ ਚਟਨੀ ਬਣਦੀ ਆ। ਉਦੋਂ ਬਾਅਦ ਲਾਵੇ ਘੋਟਾ। ਅਸਲ ਮੈਂ ਤਾਂ ਚਟਨੀ ਉਦੋਂ ਮੰਨੀ ਜਾਂਦੀ ਆ ਜਦੋਂ ਤੜਕਾ ਲੱਗ ਗਿਆ ਦੇਸੀ ਘਿਓ ਦਾ। ਦੇਸੀ ਘਿਓ ਦਾ ਤੜਕਾ ਲਾ ਕੇ ਮਨਾ ਉਹਨੂੰ ਸਿੱਖਿਆ ਦਿਆਂਗੇ, ਚੱਲ ਦੋ ਚਾਰ ਦਿਨਾਂ 'ਚ ਸਿੱਖ ਜੂਗੀ ਇਹ। ਹਾਂ ਇਹ ਦਿੱਲੀ ਵਾਲੀ ਕਿਹੜਾ ਕਰੂ ਕੰਮ ਧੰਦਾ। ਝੋਟੀ ਤੈਨੂੰ ਕਿਵੇਂ ਲੱਗੀ? ਝੋਟੀ ਤਾਂ ਆ, ਝੋਟੀ ਦਾ ਭਾਗ ਰਬਾ ਤਾਂ ਵਧੀਆ। ਹਾਂ ਦੇਖਣ ਨੂੰ ਤਾਂ ਠੀਕ ਦੀ ਹੈ, ਰਬਾ ਵਧੀਆ। ਹੈਂ ਹੋਰ ਜਿਹੜੇ ਨਾਲ ਦੇ ਭੈਣ ਭਾਈ ਸੀ ਕੱਟੇ ਬੱਚੇ ਠੀਕ ਸੀ ਉਹ। ਹਾਂ ਵਧੀਆ ਵਧੀਆ ਲੱਗੀ, ਮੈਨੂੰ ਵੀ ਠੀਕ ਲੱਗੀ ਉਹ, ਹੈਨਾ ਕੱਦ ਕਾਠ ਵਧੀਆ। ਹਾਂ ਹੋਰ ਹੁਣ ਤੇ ਬਸ ਗਲਤੀਆਂ ਐ ਹੋ ਗਈ ਵੀ ਆਪਾਂ ਥੋੜਾ ਜਿਹਾ ਸੁਨੇਹਾ ਪਾ ਕੇ। ਹੋਰ ਉਹ ਅੱਛੇ ਵੀ ਜੀ ਲੱਗੇ ਨੇ ਫਿਰ ਮੈਨੂੰ, ਤੈਨੂੰ ਪਤਾ ਤਾਂ ਹੈਗਾ। ਹਾਂ ਕਿਵੇਂ ਕਿੱਧਰੋਂ ਆਏ ਬਾਬਾ? ਜਦੋਂ ਮੈਂ ਬਾਗਿਆ ਹਜਾਮਤੀਏ ਦੇ ਆਲੇ ਸਾਰੇ ਭਈਏ ਉੱਥੇ ਬੈਠੇ, ਮੰਡੀ ਵਾਲਾ ਹੋਰ ਦੀਪ ਦੇ ਆਪਣੇ ਦੇ ਸਾਰਾ ਝੁੰਡ, ਜਦੋਂ ਝੁੰਡ ਉੱਥੇ ਬੈਠਾ ਹੋਇਆ ਮੈਨੂੰ ਦੀਪ ਕਹਿੰਦਾ ਵੀ ਕਾਹਨੂੰ ਜਵਾਕ ਠਾਉਣੇ ਨੇ, ਪਿੰਡੇ ਪਾਣੀ ਸਿੱਟ ਲਿਆ। ਮੈਂ ਪਿੰਡੇ ਪਾਣੀ ਸਿੱਟ ਲਿਆ, ਉਧਰੋਂ ਇਹ ਆ ਗਿਆ। ਇਹਦਾ ਤੈਨੂੰ ਹੁਣ ਪਤੀ ਆ, ਨਾਲ ਤੈਨੂੰ ਲੱਗਦੀ ਅੱਜ ਵੀ ਊ ਤਾਂ ਇਹਦੀ ਲੱਤ ਬੰਨ ਕੇ ਪੈਂਦੇ ਨੇ ਘਰ ਦੇ, ਰਾਤ ਪਈ ਭੁੱਲ ਭੱਲ ਗਏ ਹੋਣੇ। ਗੱਲ ਸਹੀ ਹੈ, ਇਹ ਮੇਰਾ ਬੇਟਾ 1 ਵਜੇ ਆ ਕੇ ਕਹਿੰਦਾ ਵੀ ਐਂ ਕਰਕੇ ਤਾਂ ਆ ਵੀ ਝੋਟੀ ਦੇਖ ਕੇ ਆਉਣੀ ਆ ਉੱਥੇ ਰਾਤ ਵਾਲੇ ਟਾਈਮ। ਹਾਂ ਹਾਂ ਵੀ ਝੋਟੀ ਦੇਖ ਕੇ ਆਉਣੀ ਆ ਜਦੋਂ ਮਾਂ ਭਾਗ ਚੱਲਦੇ ਆ ਭਾਈ, ਜਦੋਂ ਤੂੰ ਆਪਣੇ ਨਾਲ ਤੁਰਦਾ ਫਿਰਦਾ ਆਪਾਂ ਨਹੀਂ ਜਾਵਾਂਗੇ। ਹਾਂ ਪੇ ਇਕੱਲੇ ਵੇਲੇ ਆ ਜਾਂਦੇ ਤਾਂ ਤੁਰਨਾ ਪੈਂਦਾ ਕਿਹੜੇ ਬੰਦੇ ਨਾਲ। ਰਾਤ ਦੇ 2 ਵਜੇ ਭਾਈ ਅਸੀਂ ਫਿਰ ਤੁਰ ਪਏ ਜਦੋਂ ਲਾਗੇ ਪਿੰਡ ਬਾਗੇ ਗਏ ਹੋਏ ਭਾਈ, ਜਦੋਂ ਜਾਨ ਸਰ ਦੇਖੀ ਝੋਟੀ ਕੈਂਕ ਵਜੇ ਪਹੁੰਚੇ ਫਿਰ ਤੁਸੀਂ 3:30 ਵਜੇ ਹੋਏ ਦੀ ਬਾਬਾ ਉਹਦਾ ਆਹੀ ਟਾਈਮ ਹੋਣਾ, ਫਿਰ ਝੋਟੀ ਵੀ ਸੁੱਤੀ ਪਈ ਹੋ ਛੱਡੇ ਜਾਂਦੇ ਨੂੰ। ਝੋਟੀ ਸੁੱਤੀ ਪਈ, ਰਬਾ ਵਧੀਆ।
थने आवांगे मैं देख ली इनू मैं कहा मैं मेरे ता फिट है क्योंकि डंगर दा पई दी पता लग गया दा बाकी रा बात आकड़ा सही गल है डंगर खड़ा करके चड्डा चुट्टा देखन दी लोड़ सुत्ता पिया होवे बहुत वधिया बाकी तेनु पता है जंदरा जदों इने पास करती फिर पास ही है हां बस पता ना कदे कोई संदे दे पुछे बिना ना कोई डंगर लेता नहीं आई तैयार पे हुंदे ने बस ए यूनिवर्सिटी वाले इनु ले जांदे डंगर डंगर दी ऐ गाह वधाउनी होवे सारे अस पर सारे अपने ओ कहने च ने गए आ भी एही जी गल नहीं कोई फिर एक मान ही हुंदा है हां बस मान हुंदा मान करी नहीं चल देख हूं की करते रहो ठीक है देख लो तुसी भी लस्सी लस्सी पीने हां पीने चलो होर होर जे नु पता हो भी किवें वांडियां ने मिठी ओ नाले देख दे नूर रानी की करदी आ है मैं लहा दूं मिठिया मुठिया ला आउंदी यार मेरे को तजरबा जदों मैं देख ले कि मैं फिर किड्डी गल यार रोन हो लिया कर्नाटका तो दो चढ़ा लिया ट्राली च दुखी समान जेड़ा समान ले गई गई का दुख नहीं होता चाली साल हो गए अबो दे कदे पाया नहीं देखा तू फड़ा भी दिता मेरे साले ने माड़ी नींद नाल पाया सी उमी बग गया मैं तां कदे सांप नहीं बग देखी आ कड़ा चक लेगी ओए हां हुन हल ही नहीं जदों अबदी माड़ा गा जदों हां कोई जाता नहीं पकड़ मेला मेला नहीं आना खुंडा नहीं मेला मेले नागे सारे गल सुन तू मैनु ही पुछ लांदा भी किवें करना आजूगी होर ਹੁਣ ਰੌਲਾ ਨਾ ਪਾਓ ਆਂਢ ਗਵਾਂਢ ਚ ਨਾ ਜਲੂਸ ਕੱਢੋ ਇਹੀ ਗੱਲ ਹੈ ਭੈਣ ਮਰਾਵੇ ਸੋਨਾ ਤਾਂ ਜਿਹਾ ਜਿਹਾ ਨੰਗਾ ਨੇ ਪਾਇਆ ਸੀ ਵਾਗਿਆ ਉਹਦਾ ਇਹੀ ਤਾਂ ਗੱਲ ਮੈਂ ਅੱਗੇ ਮੈਂ ਕਿਹਾ ਉਹਨਾਂ ਦੇ ਸੋਨੇ ਦੀ ਬੈਠਾ ਹਾਂ ਹੋਰ ਤੂੰ ਆਪਦਾ ਗੁੱਡਾ ਬੰਨ ਲੈ ਇਹਦੇ ਨਾਲ ਹਾਂ ਚੱਲ ਹੁਣ ਚੁੱਪ ਕਰ ਜਾ ਐ ਮੋੜ ਦੇਗਾ ਹੁਣ ਤੂੰ ਰੋ ਕੇ ਥੱਲੇ ਕਿਉਂ ਬੈਠਾ ਬੈਠਾ ਹੁਣ ਓਹੋ ਚੱਲ ਲੈ ਜਾ ਤੂੰ ਯਾਰ ਮੇਰੇ ਹਾਲਾ ਪਿਆ ਕੇ ਦੌੜਦਾ ਦੀਦਾ ਦੱਸ ਕੀ ਕਰੀਏ ਵੀ ਜੋ ਪਾਣੀ ਪਾਣੀ ਦੇ ਦੇ ਜਾ ਪਤਾ ਮਾਰ ਇਹ ਸਾਨੂੰ ਮਿਤਾ ਬਿਆਹ ਵਰਗਾ ਲੱਗਦਾ ਹੈ ਜੀ ਰਹਿਣ ਦੇ ਬਾਬਾ ਰਹਿਣ ਦੇ ਚਲੋ ਰਹੀ ਪਿਆ ਬਸ ਹੁਣ ਤਾਂ मार गया हो पानी लिया नींबू पानी रात बाबा तेन पता नहीं लगे यार ए काम ही मेरे गए तो बाद हो झोटी देखने पा गए ढाई बजे तक मैं देखिया फिर लगे रात मैं भी घरे बागा जोरे पिया हों मैं इंच प्रगटा
ਆਪਾਂ ਉਹਨੂੰ ਰਾਮੇ ਨਾਲ ਕਰਦੇ ਆ ਗੱਲਬਾਤ, ਕੋਈ ਜਲੂਸ ਨਾ ਕੱਢੋ, ਹੁਣ ਉਹੀ ਜੀ ਕੋਈ ਹੋਰ ਦੇਖ ਲੈਣੇ ਆ ਭਾਈ, ਹੈ ਇਹ ਤਾਂ ਹੁਣ ਆਪਾਂ ਘਰ ਦੇ ਕੰਮ ਕਰਦੇ ਆ, ਰੌਲਾ ਪਾਉਣ ਦੀ ਲੋੜ ਨਹੀਂ, ਕੱਲ ਤੱਕ ਚੌੜੀ ਹੋ ਹੋ ਦੱਸਦੀ ਸੀ ਆਣ ਕਮਾਂਡ ਚ, ਪਾਪੇ ਮੈਨੂੰ ਨਹੀਂ ਲੋੜ ਹੋਰ ਬੱਚ, ਮੈਂ ਤਾਂ ਬਹੁਤ ਕੁਝ ਦੇਖ ਲਿਆ, ਨਹੀਂ ਲਿਆਵਾਂਗੇ ਫਿਰ ਬਾਬਾ ਖਤਮਾ ਕੰਮ, ਫਿਰ ਇਹ ਵੀ ਕਾਹਨੂੰ ਲਿਆਦਾ ਫਾਇਦਾ, ਫਿਰ ਫਾਇਦਾ ਨਹੀਂ ਹੈਗਾ ਜਦੋਂ ਆਪ ਹੀ ਕਹੀ ਜਾਂਦਾ ਹੁਣ ਇਹ, ਹੈ ਤੈਨੂੰ ਤਾਂ ਨਹੀਂ ਲੋੜ, ਸਾਨੂੰ ਤਾਂ ਲੋੜ ਅਸਤਾ ਰੋਟੀਆਂ ਖਾਣੀਆਂ ਨੇ, ਆਇਆ ਵੀ ਜਿਹੜਾ ਟੁੱਕ ਮਿਲਦੀ ਆ ਇਹ, ਹੈ ਹੁਣ ਆ ਤੇਰੀ ਮਾਂ ਦਾ ਦੇਖ ਲੈ ਗੋਟੇ ਖਤਮ ਨੇ ਦੋਨੇ, 7 ਲੱਖ ਰੁਪਿਆ ਲੱਗੂਗਾ, ਫਿਰ ਵੀ ਆਸ ਨੀ ਹੈਗੀ ਕੋਈ ਵੀ ਚੱਲ ਪਊ, ਇਹ ਆਵਾਜ਼ ਸੁਣਦੇ ਰੋ ਚੀਕੂ ਚੀਕੂ ਜਾਂਦੀ ਆ ਨਾ, ਜਵਾਬ ਆਵਾਜ਼ ਸੁਣਦੀ ਅੰਬੋ ਦੀ, 15 ਰੋਟੀਆਂ ਡੂਢ ਘੰਟੇ ਚ ਲਾਉਂਦੀ ਆ ਇਹ, ਇਹ ਤਾਂ ਉਈ ਖਤਮ ਹੋ ਜੀ ਪਈ ਹੈਗੀ, ਸਵਾਦ ਨੀ ਆਉਂਦਾ ਜੇ ਨਜ਼ਰ 10-12 ਸਾਬੇ ਚ ਨਾ ਹੋਣ, ਕਰਾਉਣਾ ਭਾਈ ਤੈਨੂੰ ਪਊਗਾ ਦੇਖ, ਹਾਂ ਦੇਖੋ ਭਾਈ ਨਹੀਂ ਆ ਬੈਠੇ ਆਪਾਂ 5 ਬੰਦੇ ਘਰ ਦਿਆਂਗੇ, 5 ਪੰਚਾਇਤ ਦੇ ਹੁੰਦੇ ਨੇ, ਹੈ ਜੇ ਨਹੀਂ ਕਰਾਉਂਦਾ ਭਾਈ ਫਿਰ ਮੈਂ ਕਰਾਉਂਦਾ, ਨਾ ਹਾਂ ਮੈਂ ਹੱਕ ਚਾਂ ਬਾਬੇ ਦੇ, ਮੈਂ ਹੱਕ ਚਾਂ ਬਾਬੇ ਦੇ, ਹਾਂ ਮੈਂ ਹੱਕ ਚਾਂ, ਇਹਦਾ ਕਰਾ ਦੋ ਪਹਿਲਾਂ, ਮੈਂ ਹੱਕ ਕਰਾ ਦੋ, ਹਾਂ ਚਲੋ ਦੇਖ ਲੋ ਫਿਰ ਬਾਬਾ ਹੁਣ ਦਿਖਾਣਾ ਮੈਨੂੰ, ਬਾਬਾ ਇਹ ਲੱਗ ਰਿਹਾ ਮੇਰੀ ਗੱਲ ਸੁਣ ਬਾਬਾ, ਇਹ ਉੱਤੋਂ ਲਮਣੋ ਕਹਿੰਦਾ ਗੋਲੀਆਂ ਖਾਊ ਇਹ ਕੋਠੇ 'ਚ ਜਾ ਕੇ, ਆਏ ਤਾਂ ਮੈਨੂੰ ਇਹਦਾ ਪਤਾ, ਇਹ ਤਾਂ ਉੱਪਰ ਲਮਣੋ ਹੁਣ ਕਹਿੰਦਾ ਕਿ 2-4 ਮਿੰਟ ਅੰਦਰੋਂ ਦਾ ਫੁੱਲ ਮੱਚਿਆ ਹੋਇਆ ਹੈ, ਇਹਦਾ ਕਰਾ ਦੇ ਆਉਂਦਾ ਕੋਠੀ ਆਪਦੇ ਖੇਤ ਵਾਲੇ, ਘਰੇ ਨੀ ਮੈਂ ਵੜ ਦਿੰਦੀ, ਘਰੇ ਮੇਰਾ ਵੀ ਹਿੱਸਾ ਹੈਗਾ, ਇਹਦਾ ਕੰਜਰ ਟੀਚਰ ਰਾਖੀ ਨੀ ਰੱਖੀ ਗਈ ਯਾਰ, 20 ਦਿਨ ਹੋ ਗਏ ਮੈਨੂੰ ਕਹਿੰਦੇ ਵੀ ਕੁੱਤਾ ਲਿਆਉਣਿਆ, ਕੁੱਤਾ ਲਿਆਉਣਿਆ, ਕੋਈ ਕਤੂਰੀ ਲਿਆਉਣਿਆ, ਤੁਸੀਂ ਕਿਉਂ ਰੌਲਾ ਪਾਇਆ, ਕਿਸੇ ਗੱਲ ਤੇ ਆ ਜਾਓ ਵੀ ਹੁਣ ਕਰਨਾ ਕੀ ਹੈ, ਇੱਥੇ ਰੰਡੀ ਰੋਣਾ, ਗੱਲ ਸੁਣ ਓਏ ਸਾਫ ਸਿਰ ਬੋਲੀ ਨੂੰ ਚੰਗਾ, ਆਪਾਂ ਕੰਮ ਲੈਣਾ ਹੁਣ ਉਹ ਤੋਂ, ਹੈ ਕਿਤੇ ਉਹ ਨਾ ਖਾਣ ਨੂੰ ਪਈ ਉਹਨੂੰ, ਜੇ ਉਹ ਪਿਆ ਬਈ ਫਿਰ ਤਾਂ ਬੋਲਿਆ ਜਾਊ, ਮੇਰੇ ਕਰਕੇ ਚੁੱਪ ਕਰ ਜੀ, ਆਪਦੇ ਬਾਬੇ ਕਰਕੇ ਚੁੱਪ ਕਰ, ਹੈ ਹੋਰ ਬੇਲਾ ਵਿਚਾਰੀ ਦਾ ਹੁੰਦਾ ਪੁੱਤ, ਹੈ ਹਾਂ ਹਾਂ ਉਹੀ ਤਾਂ ਗੱਲ ਹੈ, ਇਹ ਜੀ ਮਰੀਕਣ ਲਿਆਉਣੇ ਆਪਾਂ ਇੱਕ, ਕੀ ਕਰਾਉਣਾ ਮਰੀਕਣਾ ਤੋਂ ਸਾਂਭ ਤਾਂ ਕੱਖ ਤਾਂ ਉਹਨਾਂ ਨੂੰ ਨੀ ਪੈਂਦੇ, ਦੁੱਧ ਪੀ ਲਾਂਗੇ, ਹਾਂ ਇਹ ਨਹੀਂ ਰਾਜ ਦੀ 12 ਮਹੀਨੇ 30 ਦਿਨ ਖਾਈ ਜਾਂਦੀ ਰਹਿੰਦੀ, ਇਹ ਤਾਂ ਆਹੋ ਇਹ ਤਾਂ ਤੈਨੂੰ ਮੈਂ ਗੱਲ ਦੱਸਤੀ, ਇਹ ਤਾਂ ਅਮਰੀਕਾ ਨੇ ਜਦੋਂ ਹਿੰਦੁਸਤਾਨ ਖਤਮ ਕਰਨਾ ਸੀ, ਇੱਕ ਤਾਂ ਉਹਨਾਂ ਨੇ ਭੇਜਤੀ ਪੇ ਇਹ ਅਮਰੀਕਨ ਬੈੜੀ, ਇੱਕ ਭੇਜਤਾ ਝੋਨਾ, ਹਾਂ ਬਸ ਉਹਦੇ ਦਾ ਖਤਮ ਹੀ ਆਪਣਾ, ਹਾਂ ਬਸ ਬਸ, ਤੇ ਤੂੰ ਆਹ ਦੇਖ ਲਾ ਓਏ, ਹੈ ਦਰਵਾਜ਼ਾ ਦੇਖ ਲਾ ਕਿੱਡਾ, ਕਿੱਡੀਆਂ ਕਿੱਡੀਆਂ ਚਾੜਤੀਆਂ ਦੇਖ ਲਾ ਟੀਨਾ ਇਹਨੇ, ਹੈ ਇਹ ਬਾਈ ਦੇ ਸਰੀ ਪਾ ਗਿਆ, ਜੋੜਿਆਂ ਦੇ ਸਰੋਂ ਪਾ ਗਿਆ ਇਹ, 17-18 ਲੱਖ ਦਾ ਨੀ ਰਿਐਲਟੀ ਲਾਤਾ ਇਹਨੇ, ਮੈਨੂੰ ਲੱਗਦਾ ਵੀ ਇਹ ਆਇਆ, ਇਹ ਤਾਂ ਫਿਰ ਬਾਈ ਪੂਰੀ ਤਰੱਕੀ ਜੇ, ਇਹ ਤਾਂ ਹੁਣ ਆਪਣੀ ਨੇ, ਹੁਣ ਆਪਾਂ ਤੋਂ ਕੀ ਲੱਖ ਮੰਗੂਗਾ, ਸਹੀ ਗੱਲ ਹੈ ਬਾਈ, ਦੇਣਾ ਦੇਣਾ ਪਵੜੇ ਹੋਏ ਹਨ, ਲੱਖ ਨਹੀਂ ਘੱਟੋ ਘੱਟ 50 ਤਾਂ ਲੈ ਕੇ ਖੜਾ ਸੱਡੂ, ਹੋਰ ਜੇ ਇਹ 5 ਲੱਖ ਦਿੱਤਾ ਹੁੰਦਾ ਆਪ ਵੀ ਖੜ ਜਾਂਦੀ ਉਹ ਬਈ ਯਾਰ, ਉਹੀ ਤਾਂ ਗੱਲ ਆ, ਉਹੀ ਤਾਂ ਗੱਲ, ਰਾਮ ਮਾਰ ਹੱਕ ਮਾਰ, ਉਹ ਪੈਸੇ ਲੁੱਟੂ ਟੋਲਾ ਆਈ ਮੜਾ ਜਾ, ਉਹ ਆਪਣਾ ਆਈ ਮੜਾ ਜਾ, ਕਿਹੜਾ ਉਹ ਬਾਹਰ ਤਾ ਜਾ, ਉਹ ਗਾਈ ਆ ਜਾ, ਆ ਜਾ ਮੈਂ ਕੰਮ ਕਰਦਾ, ਕਿਹੜਾ ਕੋਈ ਆਓ ਬੈਠਾ, ਉਹ ਬੈਠਾ ਆ ਜਾ, ਆ ਜਾ ਆ ਜਾ ਆ ਜਾ, ਬੱਲੇ ਬਈ ਬੱਲੇ ਬੜੀ ਲਾਇਆ ਜੇ ਪੀ ਕਿਸੇ ਨੂੰ, ਹੈ ਆ ਜਾ ਆ ਜਾ ਆ ਜਾ, ਕਿਹੜਾ ਹੈ ਖੁਸ਼ੀ ਲਵ ਤੋਂ ਅੜਿਆ ਜਾ ਹੋਇਆ ਤੂੰ, ਮੈਂ ਕਰਾ ਤਾ ਸਾਖ, ਟਰੈਕਟਰੀ ਖੜਾ ਗਿਆ ਦੇਖ ਲੈ, ਦਾਨੀਆਂ ਦਾ ਕੀ ਤੋੜਾ ਦੁਨੀਆਂ ਤੇ, ਵਪਾਰੀ ਤੋਂ ਲਿਆਂਦਾ ਤਿਆਰ ਆ ਟਰੈਕਟਰ, ਆਹੋ ਉਹ ਤਾਂ ਤੁਹਾਡੇ ਵਰਗੀ ਨੇ ਜਿਹੜੇ ਕਰਕੇ ਜਵਾਨ ਮੁੱਕਰ ਜਾਂਦੇ ਨੇ, ਰਾਜੇ ਦਾੜੀ ਕਟਾਉਣ, ਉਹ ਮੈਨੂੰ ਕਹਿੰਦਾ ਤਾਇਆ ਵੀ ਦਾੜੀ ਕਹੀ ਜੀ ਕੱਟਾ, ਅੱਛਾ ਮੈਨੂੰ ਉਹਨੇ ਸੀਨਰੀਆਂ ਦਿਖਾਤੀਆਂ ਭਾਈ ਕੰਧ ਤੇ ਲੱਗੀਆਂ, ਆਹੋ ਮੈਂ ਅੱਜ ਕੱਲ ਦੇ ਕਟਾਉਣੇ ਸੀਨਰੀਆਂ ਲੱਗੀਆਂ ਹੋਈਆਂ, ਮੈਂ ਸੀਨਰੀ ਤੇ ਲਾਤਾ ਹੱਥ, ਅੱਛਾ ਮੈਂ ਇਹੋ ਜਿਹਾ ਕਰ ਦੇਵਾਂ, ਮੈਨੂੰ ਤਾਂ ਐ ਦਾੜੀ ਕੱਟ, ਅੱਛਾ ਤੇ ਉਹਦਾ ਮੈਨੂੰ ਫਰਕ ਜਿਹਾ ਖਾਸ ਹੀ ਲੱਗਦਾ, ਫਿਰ ਮੈਨੂੰ ਮੈਂ ਤਾਂ ਬਾਅਦ ਚੋਂ ਭੈੜਾ ਲੱਗਾ, ਅੱਛਾ ਹੋਰ ਮੈਂ ਤਾਂ ਲੜਕਾ ਉਹਦੇ ਨਾਲ, ਲੈ ਫੇਰ ਹੈ ਦੇਖ, ਉਹ ਕਹਿੰਦਾ ਐ ਨਹੀਂ ਹੁੰਦਾ, ਕਹਿੰਦਾ ਜੇ ਤਾਂ ਬੋਧੀ ਵਾਲੇ ਤੇ ਸੋਹਣਾ ਲੱਗਦਾ, ਮੈਂ ਭਾਈ ਤੂੰ ਮੈਨੂੰ ਪਹਿਲਾਂ ਦੱਸਣਾ ਸੀ, ਚੱਲ ਕੋਈ ਨਾ ਆ ਜਾ ਬਹਿ ਜਾ, ਪਾਣੀ ਪੂਣੀ ਜਾਂ ਪੀਣਾ ਭਈ ਭਰ ਲੈ ਮੈਨੂੰ ਭੇਜ ਦੇ, ਕੋਈ ਨਾ ਕੋਈ ਆਪਣੀ ਤਾਂ ਵੇਹ ਵਾਲ ਕਿਤੇ ਮੈਥੋਂ ਸਰਬਤ ਭਾਲੋ, ਖੜਾ ਹੋ ਪਈ ਜਾ ਤੂੰ, ਪਈ ਜਾ ਗਲ ਜਾ ਤੂੰ, ਇਹ ਕਿਵੇਂ ਆ ਗਿਆ ਮੇਰੇ ਘਰੇ, ਅੱਜ ਤਾਂ ਦੰਦੀਆਂ ਪੜਦਾ ਤੀ ਮੇਰੇ, ਓਏ ਨਹੀਂ ਨਹੀਂ ਤੈਨੂੰ ਪਤਾ ਹੈਗਾ ਤੇਰੇ ਤੇ ਬਾਹਲੀ ਇੱਜ਼ਤ ਕਰਦਾ ਤੇਰੀ, ਤਾਂ ਇਹ ਇਹਨੂੰ ਇੱਧਰ ਬਿਠਾ ਲਾ ਹਜੇ ਵੀ, ਇਹਦਾ ਕੀ ਪਤਾ ਫੁਰਕ ਭਰ ਲਿਆ ਹਜੇ ਦਾ, ਇਹਦਾ ਜਬਾਬੇ ਦੇ ਮੂੰਹ ਨੂੰ ਚੱਪਾਂ, ਦੇਖ ਦੇਖ ਹਜੇ ਕਿਹੜਾ ਹੜਦਾ ਇਹ, ਹੋਰ ਫਿਰ ਕਿਵੇਂ ਆਉਣੇ ਹੋਏ,
दुख दस तेन की बच्चे बूथे आलिया हा मतलब सोने सनखे अपना मूह आलिया भी गल ए हो गई थी ओदा रौला भासा दा पै गया इधरों लियांदी थी बांकर चों ओ हां कन्याकुमारी कोल दीती अच्छा मैं आख्या मैं जदों अंदर बड़िया मैं आपदे मन च ओदी देख लिया भी मन चल भाषा का रौला पऊ दो चार दिन सिख जूगी मैं सुना तू ही आया थी ओए तो फिर हुण करना पै गया बन सब मुंडा औखा वाला थी अच्छा जोर ज्यादा पै गया हां ते फिर ऐ करके दब पाली कहंदा जा तू ओ हैगी मेरे सौरियां तोती मालक जिवें करदा चंगे नूं करदा होर आउंदा नहीं लुट लट के लै गई थोनूं पता ही नहीं है इहदा विच ऐ नहीं पता इहदा सांडा गांडा विच होवे तूं ओदा मैनूं दे दी तूं नहीं आए मैं नसाल नहीं दऊं इहनूं ऐ जे ऐ तेरे नाल रहिंदा इह तां मैं लत्तां हां मेरी गल सुन ला हां साडे च फिक्र रब ना पवावे आ जिहड़ियां तू सड़ियां हुईयां गल्लां करदा ना हैं पता है मेरा वधिया मार के ता हुण इक बई दा बा 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 कोई ना मैं हुण आए दसो जिहड़ी होनी दी हवा आई हां हूं हुण गल की करनी है हद किवें करना है देख भाई राम रुपया देवांगे तेनूं लख पचोलगिरी दा मैनूं आए दस भी अपने बंत ने बेटी ब्याह दी बना ओने ता हजे ਇਹ ਤਾਂ ਵਧੀਆ ਰਿਹਾ ਪਤਾ ਨੀ ਮੇਰੇ ਮਾੜੇ ਕਰਮ ਪਤਾ ਨੀ ਭਾਈ ਤੁਹਾਡੇ ਚੰਗੇ ਕਰੇ ਹੋਏ ਨੇ ਜਿਹੜਾ ਮੈਂ ਉਰੇ ਰਹਿ ਗਿਆ ਅੱਛਾ ਮੈਂ ਤਾਂ ਬੰਬੇ ਜਾਣਾ ਸੀ ਸਲਮਾਨ ਖਾਨ ਨੇ ਬੁਲਾਇਆ ਸੀ ਗੁਹਾਟੀ ਗੁਹਾਟੀ ਕਾਹਨੂੰ ਬੰਬੇ ਆਹੋ ਉੱਥੇ ਰਹਿਣਾ ਹੋ ਹਾਂ ਹੋ ਗਿਆ 65 ਸਾਲ ਦਾ ਅੱਛਾ ਆਪਣਾ ਹਾਂ ਟੀਵੀ ਵਾਲਾ ਮੁੰਡਾ ਹੋ ਟੀਵੀ ਵਾਲਾ ਹਾਂ ਜਿਹੜਾ ਫਿਲਮਾਂ ਹੀ ਕਰਦਾ ਭਾਈ ਉਹ ਚੁੱਗਾ ਚਾ ਗਿਆ ਘੱਟੀ ਪਾਉਂਦਾ ਹੋ ਗੱਲ ਤਾਂ ਸੁਣ ਲਓ ਹੁਣ ਭਾਈ ਉਹ ਅੜ ਗਿਆ ਜਦੋਂ ਤਾਂ ਜਵਾਨੀ ਪਹਿਰਾ ਸੀ ਉਹ ਤਾਂ ਫਰੀਆਂ ਐਕਟਰੀਆਂ ਮਗਰ ਉਹੀ ਪਿੰਡੇ ਦਿਖਾਉਂਦਾ ਪਿੰਡੇ ਦਿਖਾਉਂਦਾ ਹੁਣ ਨਹੀਂ ਲਾਇਆ ਉਹ ਕਿਸੇ ਨੇ ਮੂੰਹ ਸਹੀ ਗੱਲ ਆ ਭਾਈ ਹੁਣ ਉਹਦੇ ਅੱਬੂ ਦਾ ਫੋਨ ਆਇਆ ਸੀ ਸਲੀਮ ਦਾ ਅੱਛਾ ਕਹਿੰਦਾ ਪੰਜਾਬ ਸੇ ਰਾਮ ਕੋ ਬੁਲਾਓ ਹੁਣ ਮੈਨੂੰ ਜਾਣਾ ਦੀ ਕਰੋੜ ਰੁਪਇਆ ਚੱਕੀ ਫਿਰਦਾ ਮਗਰ ਮੂਹਰੇ ਕਹਿੰਦਾ ਰਾਮ ਆ ਜਾ ਬੇੜੀ ਬੰਨੇ ਲਾ ਜਾ ਵੀਰੇ ਲੈ ਦੱਸ ਅੜ ਗਿਆ ਹੈ ਉਹ ਅੜ ਗਿਆ ਇਹਦਾ ਤੁਹਾਡੇ ਮੂੰਹ ਨੂੰ ਵਧੀਆ ਪਤਾ ਨਹੀਂ ਕੀ ਚੰਗਾ ਕਰਨਾ ਕੀ ਮਾੜਾ ਬਸ ਰਹਿ ਗਿਆ ਤੂੰ 10 ਦਿਨ ਠਹਿਰ ਕੇ ਵਗ ਜੀ ਚੱਲ ਮੈਂ ਤਾਂ ਜਾਣਾ ਹੀ ਦੀ ਟਾਈਮ ਲੱਗੂ ਹਾਂ ਉਹਦਾ ਕਹਿੰਦਾ ਮੈਂ ਜਹਾਜ਼ ਭੇਜ ਨੂੰ ਤੁਹਾਡੀ ਮੰਡੀ ਖਾਲੀ ਹੋ ਜਾਣ ਦੇ ਅੱਛਾ ਹਾਂ ਇੱਥੇ ਕਣਕ ਪਈ ਆ ਭਈ ਇੱਥੇ ਰਹਿਣਾ ਨਹੀਂ ਇੱਥੇ ਔਖਾ ਹੋ ਜੂਗਾ ਨਾ ਔਖਾ ਹੋ ਜੂ ਹਾਂ ਜਹਾਜ਼ ਚ ਜਾਊਂ ਪਰ ਮੈਂ ਤਾਂ ਉਂ ਜਾਂਦਾ ਨਹੀਂ ਤੇ ਫਿਰ ਟਿੱਬੇ ਤੇ ਲਈਓ ਟਿੱਬੇ ਤੇ ਟਿੱਬੇ ਤੇ ਤਾਂ ਰੇਤਾ ਬੜਾ ਉੜਦਾ ਹੁੰਦਾ ਔਖਾ ਹੋ ਜੂ ਮੈਂ ਹੁਣ ਕੱਪੜੇ ਤੂੰ ਐ ਕਰ ਫਿਰ ਭਈ ਤੂੰ ਨਾ ਤੋ ਕੇ ਜਾ ਕੇ ਆ ਬੰਤ ਕੋਲ ਹੈ ਬੰਤ ਕੋਲ ਜਾ ਕੇ ਆ ਤੂੰ ਫਿਰ ਮੈਂ ਜਾ ਕੇ ਆਵਾਂ ਹਾਂ ਮੈਂ ਕਹਿੰਦਾ ਆਪਾਂ ਇਕੱਠੀ ਚੱਲਦੇ ਹਾਂ ਨਹੀਂ ਨਹੀਂ ਤੂੰ ਪਹਿਲਾਂ ਜਾ ਕੇ ਆ ਫਿਰ ਆਪਾਂ ਚੱਲਾਂਗੇ ਫਿਰ ਤਾਂ ਆਪਾਂ ਸਾਗਣ ਪਾ ਕੇ ਆਵਾਂਗੇ ਅੱਛਾ ਹਾਂ ਉਹ ਗੱਲ ਹੋ ਗਿਆ ਹਾਂ ਉਦੋਂ ਇਹਨੇ ਕੰਮ ਖਰਾਬ ਕਰਤਾ ਪਤੰਦਰ ਨੇ ਉਦੋਂ ਹੀ ਬਣ ਜਾਂਦਾ ਹੁਣ ਅਗਲੇ ਨੇ ਪੈਰ ਤੇ ਮਿੱਟੀ ਨਹੀਂ ਪੈਣ ਦੇ ਆਰਾਮ ਚੱਲ ਤੂੰ ਅਗਲੇ ਦੀ ਮੜਕ ਭਾਰੀ ਹੋ ਬਈ ਹੁਣ ਤੈਂ ਕਰਨਾ ਸਾਰਾ ਕੁਝ ਕਿਵੇਂ ਮਰਜ਼ੀ ਕਰਨਾ ਬਸ ਮੈਨੂੰ ਪਤਾ ਤੇਰੇ ਕੰਮ ਅੰਕ ਚ ਮੇਰੇ ਤਾਂ ਅੰਕ ਚ ਹੀ ਆ ਜਿੰਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਉਹਨੂੰ ਗਊ ਵਾਲੇ ਨੂੰ ਹੱਥ ਦਿਖਾਇਆ ਸੀ ਉਹਦਾ ਹੱਥ ਉੱਤੇ ਕੰਮ ਕਰਦੇ ਨੇ ਦੋ ਵਿਆਹ ਸੀ ਗਵਾਂਟੀਆਂ ਖਾਲੀ ਕਿਥੇ ਤੋਂ ਧੂੜੀ ਦਾ ਵੀ ਨੱਬੜਿਆ ਚਲੋ ਸੰਨੀ ਚ ਮਾਰ ਦਾਂਗੇ ਹੱਥ ਡੈਣ ਕੇ ਜੀ ਪਤਾ ਨੀ ਬੱਚੋਂ ਡੱਕੇ ਜੇ ਕਿੱਥੇ ਪਾ ਦੇਣ ਕਿਹੜਾ ਹੈ ਬਾਬੂ ਰਾਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਠੀਕ ਠਾਕ ਕਿਵੇਂ
ਇਹ ਤਾਂ ਮੈਂ ਉੱਥੇ ਬੰਬੇ ਗਿਆ ਸੀਗਾ ਸਾਖ ਜਾ ਕਰਾ ਕੇ। ਅੱਛਾ ਆਪਣੀ ਜਿਹੜੀ ਆਲੀਆ ਤੀ ਮੈਂ ਨਹੀਂ ਜਾਣਦਾ। ਇਹ ਤਾਂ ਅੱਜ ਕੱਲ ਦੇ ਮੁੰਡੇ ਜੇ ਜਾਣਦੇ ਨੇ ਆਪਣੀ ਆਲੀਆ ਦਾ ਕਿਰਾਇਆ ਕਪੂਰ ਖਾਨਦਾਨ ਚ ਰਣਵੀਰ ਨੂੰ। ਅੱਛਾ ਉਹ ਅੜਿਆ ਜਾ ਪਿਆ ਤੇ ਉਹਨੇ ਗਿਫਟ ਕਰੀ ਆਏ ਬੰਬੇ ਤੋਂ ਲੈ। ਮਹਾ ਚੱਲ ਹੰਡਾ ਲਈਏ ਇਹਦਾ ਕੀ ਪਤਾ ਹੁੰਦਾ ਕਿਹੜਾ ਬੜੇ ਰਾਗੜ ਜੇ ਕੋਈ ਕਿਹੜਾ ਮਾਰਿਆ। ਆ ਜਾ ਬਹਿ ਜਾ ਬਹਿ ਜਾ। ਉਹ ਤੂੰ ਤਾਂ ਨਹੀਂ ਨਾ ਲੈਂਦਾ ਓਏ ਨਾ ਕਾਨੂੰਨੀ ਲੈਂਦਾ ਬਹਿ ਜਾ। ਹੋਰ ਤਕੜਾ ਸੈੱਟ ਹੈ ਗੱਡੀ। ਅੱਛਾ ਰਲਾਤੀਆਂ ਸੰਨੀਆਂ ਹੈ ਹੋਰ ਸੰਨੀ ਰਲਾਉਣੀਆਂ ਨੇ ਹੋਰ ਆਪਾਂ ਨੇ ਕਿੱਥੇ ਜਾਣਾ ਕਿਤੇ ਇੱਛੀ। ਚੱਲ ਠੀਕ ਹੈ ਠੀਕ ਹੈ। ਹੋਰ ਫਿਰ ਹੋਰ ਵਧੀਆ। ਅੱਛਾ ਮੈਂ ਤਾਂ ਇਹੀ ਆਇਆ ਤੀ ਆਪਣੀ ਲਟਕੀ ਦਾ ਕਰਿਆ ਤਾਂ ਨਹੀਂ ਕਿਤੇ। ਨਾ ਹਜੇ ਤਾਂ ਗੱਲ ਜੀ ਚੱਲਦੀ ਤੀ ਬਸ ਮੁੜ ਕੇ ਕੋਈ ਸੂੰ ਪੂੰਜ ਨਹੀਂ ਆਈ। ਅੱਛਾ ਸੂੰ ਪੂੰ ਫਿਰ ਹੁਣ ਕਰਾ ਦਿੰਦੇ ਹਾਂ ਕਰ ਲੈਂਦੇ ਆਪਾਂ ਰਹਿ ਹੈ ਕਰ ਲੈਂਦੇ ਹਾਂ ਜਵਾਕਾਂ ਨਾਲ ਰਹਿ। ਅੱਛਾ ਅੰਦਰ ਹੀ ਹੋਣਗੇ ਜਵਾਕ ਜੀ ਨੇ ਆ ਜਾ ਚੱਲ ਆ ਜਾ ਨਾਲੇ ਚਾਹ ਪਾਣੀ ਨੂੰ ਕਹਿ ਜਾ ਚਾਹ ਬਥੇਰੀ ਤੇ ਬਹਿ ਜਾ ਕੁਰਸੀ ਤੇ ਬਹਿ ਜਾ। ਬਹਿ ਗਈ ਜੀ ਬਹਿ ਗਈ ਮੈਂ ਸਾਦਾ ਮਾਰ ਲਵਾ ਹਾਂ ਹਾਂ ਸੁਣਦੇ ਨਹੀਂ ਜੀ। ਹਾਂਜੀ ਰਾਮ ਆਇਆ ਬਾਰੇ ਆਜੋ ਆਉਣੀ ਆ ਆਜੋ ਆਜੋ ਬਹਿਣਾ ਦੇ ਬੰਦ ਸੀਗੇ ਆ ਮੈਂ ਮੰਜਾ ਇੱਧਰ ਖਿੱਚਦਾ ਬਹਿਣੇ ਆ ਨਾ। ਹਾਂ ਦੱਸ ਸਤਿ ਸ੍ਰੀ ਅਕਾਲ ਜੀ। ਠੀਕ ਹੈ ਸਤਿ ਸ੍ਰੀ ਅਕਾਲ। ਯਾ ਤੂੰ ਇੱਧਰ ਨੂੰ ਮੂੰਹ ਕਿਵੇਂ ਚੱਕ ਲਿਆ ਕਰ ਭਾਈ ਗੱਲ ਕੋਈ ਨਾ ਕੋਈ ਨਾ ਇਹ ਰਾਮ ਆ ਜਿਹੜਾ ਆਪਣਾ ਉਹਦੇ ਰਿਸ਼ਤਾ ਨਹੀਂ ਦੇਖ ਕੇ ਆਈ ਤੀ ਅਸੀਂ ਜਾਣਦੀ ਆ ਮੈਂ ਤਾਂ ਹੀ ਕਹਿੰਦੀ ਵੀ ਅੱਜ ਫੇਰ ਇਧਰਲਾ ਰਸਤਾ ਦਿਖ ਗਿਆ ਤੈਨੂੰ। ਨਾ ਮੈਨੂੰ ਭਾਈ ਬਹਿ ਜਾ ਪਹਿਲਾਂ ਤੁਸੀਂ ਬਹਿ ਕੇ ਗੱਲ ਕਰੋ ਨਾ ਉਹ ਬਹਿ ਜਾ ਇੱਥੇ ਬਹਿ ਜਾ ਤੂੰ ਇੱਥੇ ਬਹਿ ਕੇ ਗੱਲ ਕਰ ਦੇ ਇੱਧਰ ਆ ਜਾ ਬੰਤ ਸਿੰਘ ਜੀ। ਉਹ ਤਾਂ ਮੈਨੂੰ ਤਲਾਹ ਲੱਗੀ ਤੀ ਜੀ ਇਹਨੇ ਲਾਈ ਤੀ ਜੀ ਬੰਤ ਸਾਹਮਣੇ ਤਲਾਹ ਕਿਵੇਂ ਵੀ ਆਪਣੀ ਲਟਕੀ ਦਾ ਕਰਨਾ ਜੀ ਕਿਤੇ। ਅੱਛਾ ਕਰਨਾ ਉਹ ਤੁਹਾਨੂੰ ਵੀ ਪਤਾ ਹੋਊ ਨਾ ਹੋਰ ਬਿਨਾ ਪਤੀ ਤੁਰਿਆ ਫਿਰਦਾ ਇਹ। ਆਹੋ ਜੀ ਮੈਂ ਤਾਂ ਹੀ ਆਇਆ ਸੀਗਾ ਵੀ ਆਪਣੀ ਲਟਕੀ ਦਾ ਕਰਨਾ ਹੈ ਕਿਤੇ। ਹਾਂ ਕਰਨਾ ਹੈ। ਆਹੋ ਜੀ ਵੀ ਪਹਿਲਾਂ ਵੀ ਗਿਆ ਸੀ ਮੈਂ ਬਾਈ ਨੂੰ ਲੈ ਕੇ ਜੀ ਉੱਥੇ ਉਹਨਾਂ ਨੇ ਭੇਜਿਆ ਜੀ ਮੈਨੂੰ ਦੁਬਾਰੇ ਨਮੋਲ ਵਾਲਿਆਂ ਨੇ ਕਰਨਾਇਲ ਸੋਹਣਾ ਜੀ। ਅੱਛਾ ਦੁਬਾਰੇ ਫਿਰ ਉਹਨਾਂ ਨੇ ਭੇਜਿਆ। ਹਾਂ ਜੀ ਹਾਂ ਨਾ ਪਹਿਲਾਂ ਘੱਟ ਬੇਇੱਜ਼ਤੀ ਕਰੀਏ ਇਹਦੀ ਉਹਨਾਂ ਨੇ ਬੁਲਾ ਕੇ ਉੱਥੇ। ਨਾ ਬੇਇੱਜ਼ਤੀ ਤਾਂ ਚਲੋ ਹੁਣ ਮੇਰੀ ਵੀ ਨਾਲ ਹੀ ਹੋਈ ਹੈ ਜੀ ਇਹਦੀ ਕਿਹੜਾ ਕਦੇ ਦੀ ਹੋਈ ਹੈ। ਤੇਰੇ ਤਾਂ ਬੜੇ ਝੰਡੇ ਝੂਲਦੇ ਨੇ ਬੇਇੱਜ਼ਤੀ ਹੋ ਗਈ ਤੇਰੀ। ਮੇਰੀ ਫਿਰ ਕੱਚੀ ਪਈ ਜੀ ਨਿਕਲ ਸਕਦੀ ਜੀ ਗੱਲ ਮੈਂ ਤੁਹਾਨੂੰ ਦੱਸਾਂ ਇਹਦੀਆਂ ਨਿਕਲਦੀਆਂ ਨੇ ਨਿਕਲ ਹੀ ਜਾਣਾ। ਬੇ ਤੂੰ ਬਹਿ ਜਾ ਬਹਿ ਜਾ ਤੂੰ ਜਿੰਨਾ ਲੰਮਾ ਨਾ ਮੁੱਲਾ ਲਾ ਤੇਰੀ ਸਾਰੀ ਅਕਲੇ ਗੋਡਿਆਂ 'ਚ ਹੈ। ਆਹ ਦੇਖੀ ਫੋਨ ਦੇ ਪਿਓ ਕਹੇਗਾ ਬੰਤ ਸਿੰਘ ਕੁਛ ਜ਼ਰਾ ਬੇਇੱਜ਼ਤੀ ਕਰਾਈ ਜਾਂਦਾ ਹੈ। ਮੈਂ ਕੀ ਬੋਲਾਂ ਨਾ ਬੰਤ ਸਿੰਘ ਕੀ ਬੋਲੂਗਾ ਤੂੰ ਮੇਰੇ ਨਾਲ ਕਰ ਗੱਲ ਵੀ ਉਹਨਾਂ ਨੇ ਤਾਂ ਘਰੇ ਕਿਸੇ ਬੰਦੇ ਦੀ ਤਾਂ ਭੁਗਦੀ ਨਹੀਂ ਸੀਰੀ ਪਾਲੀਆਂ ਨੇ ਉਹਨਾਂ ਨੇ ਘਰੇ ਭੁਗਦੀ ਹੈ ਨਾ ਇਹਨੂੰ ਕੀ ਪਤਾ ਇਹ ਜੀਆਂ ਗੱਲਾਂ ਦਾ। ਉਹ ਤਾਂ ਗੱਲ ਠੀਕ ਹੈ ਜੀ ਭੁਗਦੀ ਸੀਰੀ ਪਾਲੀ ਦੀ ਸੀ ਪਰ ਹੁਣ ਨਹੀਂ ਭੁਗਦੀ ਹੁਣ ਤਾਂ ਕੱਲਾ ਕੱਲਾ ਜੀ ਪਾਣੀ ਭਰਦਾ ਹੈ ਪਾਣੀ। ਬੇ ਤੂੰ ਬਹਿ ਜਾ ਬੇ ਬਹਿ ਜਾ ਮੈਨੂੰ ਲੱਗਦਾ ਤੈਂ ਦੋ ਚਮਚੇ ਤੜਕੇ ਵੱਧ ਲਾ ਲੇ ਹੋਣੇ। ਚਮਚੇ ਤਾਂ ਹੁਣ ਲਾਉਣੀ ਹੈ ਦੇਖ ਚਮਚਿਆਂ ਬਿਨਾਂ ਕੀ ਬਣਦਾ ਮੈਂ ਦੋ ਦਿਨਾਂ ਜੀ ਉਹ ਤੀਰ ਵਾਂਗੂ ਸਿੱਧੇ ਹੋ ਗਏ। ਚੱਲ ਤੂੰ ਚੁੱਪ ਕਰ ਹੁਣ ਕਿਉਂ ਲੜਦੀਆਂ ਬੇ ਤੂੰ ਬਹਿ ਜਾ ਬੇ ਬਹਿ ਜਾ ਕੋਈ ਚੱਜ ਦਾ ਕੰਮ ਆ ਜੀ ਬਾਹਰ ਉਠਾਉਣੀ ਹੈ ਆਪਾਂ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਹੋਰ ਅੱਧਾ ਰਹਿ ਗਿਆ ਮੈਂ ਟੈਨਸ਼ਨ 'ਚ। ਤੂੰ ਤਾਂ 2 ਵਜੇ ਉੱਠ ਕੇ ਲੱਗ ਜਾਣਾ ਮੈਂ ਸਾਨੂੰ ਕੱਖ ਪਾਉਣ ਵੀ 8 ਵਜੇ ਤਾਂ ਤੈਨੂੰ ਹੁੰਜਾ ਮਾਰ ਮਾਰ ਠਾਈਦਾ ਅਕੇ ਟੈਨਸ਼ਨ 'ਚ ਨਾ ਤੈਨੂੰ ਕਾਹਦੀ ਟੈਨਸ਼ਨ ਹੋ ਗਈ। ਮੈਨੂੰ ਤਾਂ ਬਾਲੀਆਂ ਟੈਨਸ਼ਨ ਨੇ ਤੂੰ ਬੰਦਾ ਕ ਬੰਦਾ ਦੇਖਿਆ ਕਰ ਮੈਂ ਤੇਰੇ ਪੈਰੀ ਹੱਥ ਲਾ ਦੂੰ ਮਗਰੋਂ ਤੂੰ ਕਿਹੜਾ ਗੱਲ ਨੰਬਰ। ਚੱਲ ਕੋਈ ਨਹੀਂ ਉਹ ਤਾਂ ਤੁਹਾਡੇ ਆਪਦੀ ਮਸਲੇ ਨੇ ਘਰੇ ਜਿਵੇਂ ਮਰਜ਼ੀ ਕਰੀ ਜਾਓ ਹੁਣ ਤਾਂ ਜੀ ਗੱਲ ਰਹੀ ਉਹਨਾਂ ਦੀ ਸੀਰੀ ਤਾਂ 2 ਮਹੀਨਿਆਂ ਨੂੰ ਵੀ ਟਿੱਬੀ ਟਪਾ ਦੇਣਗੇ ਉਹਦਾ ਵੀ ਕਹਾਂ ਮਹੀਂ ਰਖਾਇਆ ਕਿਤੇ ਉਹ ਹੂੰ ਉਹਦਾ ਹੁਣ ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿੰਨੇ ਕੰਮ ਤੂੰ ਕਰਦਾ ਤੂੰ ਸਾਰੀ ਪੁੱਠੇ ਕਰਦਾ ਸਿੱਧਾ ਤੂੰ ਇੱਕ ਵੀ ਨਹੀਂ ਕਰਦਾ। ਗੱਲ ਸੁਣੋ ਇਹ ਗੱਲਾਂ ਦਾ ਫਾਇਦਾ ਨਹੀਂ ਕੋਈ ਹੁਣ ਉਹ ਕੁੜੀ ਮੁੰਡੇ ਵਾਲੇ ਆਉਣਗੇ ਆਪਣੇ ਬੋਲੋ ਬੁਲਾ ਲਾ ਇੱਥੇ ਆਉਣਗੇ ਨਹੀਂ ਤਾਂ ਕੁੜੀ ਵਾਲੇ ਜਾਂਦੇ ਨੇ ਦੇਖੋ ਤੁਹਾਨੂੰ ਉਰੇ ਬੁਲਾ ਰਿਹਾ ਉਹਨਾਂ ਨੂੰ ਦੇਖ ਰਾਮ ਨਾਲੇ ਲੱਦਣਗੇ ਮੈਨੂੰ ਵਿਚਾਲੇ ਇਹਨਾਂ ਦੀ ਉਹ ਪੁੱਗਦੀ ਆ ਮੇਰੀ ਤਾਂ ਹੁਣ ਬਸ ਗਾਂ ਹੀ ਪੁੱਗੂ। ਚੱਲ ਕੋਈ ਨਹੀਂ ਉਹ ਤਾਂ ਹੁਣ ਭਾਈ ਤੁਸੀਂ ਦੇਖੋ ਨਹੀਂ ਤੇ ਮੈਂ ਤਾਂ ਬਸ ਡਰ ਫਿਰ ਕਰਦਾ ਜਿਹੜੀਆਂ ਕਰਦਾ ਮੇਰੀ ਗੱਲ ਸੁਣੋ ਬੇ ਪੁੱਗਣ ਨੂੰ ਤੇਰੀਆਂ ਬਥੇਰੀਆਂ ਪੁੱਗੀਆਂ ਨੇ ਕਿ ਕਾਚ ਪੁਗਾਤੀ ਮੇਰੀ ਬੇ ਬਥੇਰੀਆਂ ਹੁਣ ਤੱਕ ਤੇਰੀਆਂ ਕੱਟੀਆਂ ਕਰਦਾ ਨੇ ਪੁੱਗਣ ਨੂੰ ਦੱਸ ਕਿ ਉਰੇ ਹੁਣ ਤੂੰ ਸਟਾਰ ਲਵਾਵੇਂਗਾ ਆਪਦੇ ਵੀ ਹੁਣ ਤੱਕ ਨਹੀਂ ਪੁੱਗੀ ਤੇਰੀ ਨਾ ਗੱਲ ਕਰਨਾ ਤੈਨੂੰ ਪਤਾ ਨਹੀਂ ਅੱਜ ਇਹ ਜੀ ਤੇਰੀ ਬੁੱਧੀ ਹੋਈ ਤੂੰ ਗੱਲ ਕਰਕੇ ਬਹਿ ਜਾਣਾ। ਚੱਲ ਹੁਣ ਬਾਲਾ ਨਾ ਜੀ ਲੜੋ ਮੈਂ ਜਾ ਰਿਹਾ ਮੈਨੂੰ ਇੰਨਾ ਟਾਈਮ ਦੱਸ ਦੋ ਵੀ ਮੈਂ ਕਦੋਂ ਲਿਆਵਾਂ ਮੁੰਡੇ ਵਾਲਿਆਂ ਨੂੰ ਆ ਬੰਨੇ ਹੱਥ ਤੂੰ ਵਗ ਜਾ ਜੇ ਸਾਡੀ ਸਲਾਹ ਹੋਊਗੀ ਤੈਨੂੰ ਦੱਸ ਦਾਂਗੇ। ਸਲਾਹ ਤੂੰ ਮੇਰੀ ਗੱਲ ਸੁਣ ਸਲਾਹ ਆਪਾਂ ਕੁੜੀ ਦਾ ਕੰਨ ਹੈ ਮੁੰਡਾ ਤਾਂ ਮੇਰੇ ਫਟਤੀ ਤੂੰ ਆਰੇ ਪਾਈ ਲਵਾਲਾ ਮੇਰੀ ਗੱਲ ਸੁਣੋ ਠੀਕ ਹੈ ਨਾ ਇਹ ਹੁੰਦਾ ਟਾਈਮ ਕੋਈ ਵਧੀਆ ਮੇਰੇ ਕੋਲ ਇਹ ਰੁੱਟੀ ਹੁੰਦੀਆਂ ਨੇ ਇਹਨਾਂ ਯਕੀਨ ਕਰ ਲੋ ਫੇਰ ਜੇ ਮੁੜ ਕੇ ਆ ਗਿਆ ਲੱਤ ਫੜ ਦੇਉਂਗੀ ਹੋਰ ਦੱਸੋ ਐਦੋਂ ਬਾਅਦ ਹੁਣ ਮੈਂ ਕਿਹਾ ਬੰਬੇ ਥਾਈ ਰਸਤੇ ਕਰਾਤੇ ਮੇਰੀ ਸਾਰੀ ਉਮਰ ਆਰਾਮ ਨਾਲ ਲੰਘੀ ਇਹ ਆਪਾਂ ਨੂੰ ਮਾੜੇ ਥਾਂ ਮੇਰੀ ਫੜਾ ਦਿੰਦਾ ਵੇ ਇਹਦਾ ਕੀ ਸੱਚ ਆ ਗਿਆ ਤੈਨੂੰ ਇਹਦਾ ਤਾਂ ਕੋਈ ਘਰੇ ਯਕੀਨ ਨਹੀਂ ਕਰਦਾ ਬਾਹਰ ਕੌਣ ਯਕੀਨ ਕਰ ਲੂ ਮਰ ਜਾ ਨਵਰੇ ਬੇਟਾ ਚੱਲ ਅੱਜ ਮੰਨ ਲੈ ਮੇਰੀ ਸਾਰੀ ਉਮਰ ਹੋ ਗਈ ਮੈਨੂੰ ਮੰਨਦੇ ਨੂੰ ਤੇਰੀ
ਅੱਜ ਮੰਨ ਲੈ। ਉਹ ਤੂੰ ਤਾਂ ਦੇਖ ਜਮੀ ਲਿੱਸਾ ਹੋ ਗਿਆ ਮੇਰੀ ਮੰਨ ਮੰਨ ਕੇ। ਉਹ ਯਾਰ ਬੋਲੀ ਜਾਂਦੇ ਹੋ ਤੜਕੇ ਦਾ ਬੰਤ ਸਿਆ ਬਾਈ, ਹਲਕ ਸੁੱਕ ਗਿਆ ਪਾਣੀ ਪੂਣੀ ਪਾ ਪਾਣੀ ਮਗਾਉਣਾ। ਤੁਹਾਡੇ ਦਿੰਦੇ ਨਹੀਂ ਪਾਣੀ ਪੂਣੀ? ਨਹੀਂ ਨਹੀਂ ਪਾਣੀ ਮਗਾਉਣਾ। ਹੋਰ ਪੁੱਤ ਸ਼ਰਬੀ ਲਓ ਭਾਈ ਪਾਣੀ ਲੈ ਕੇ ਦੇ ਕੇ ਨਾ ਲਿਆ ਭਾਈ ਮੱਲ। ਓਹੋ ਹੁਣ ਤੁਸੀਂ ਦੇਖੋ ਭਾਈ ਕਿਵੇਂ ਕਰਨਾ। ਠੀਕ ਹੈ ਜੀ? ਠੀਕ ਹੈ ਭਾਈ। ਸਤਿ ਸ਼੍ਰੀ ਅਕਾਲ ਤਾਇਆ ਜੀ। ਉਹ ਤਾਇਆ ਕਿਨੂੰ ਹੈ ਬਬਲ, ਮੈਂ ਤਾਂ ਚਾਚਾ ਲੱਗਦਾ ਭਾਈ ਤੇਰਾ। ਉਹੀ ਹੁਣ ਤੜੇ ਨਾ ਤਾਂ 2-3 ਸਾਲ ਵੱਡਾ ਹੋਊਂ ਮੈਂ ਤਾਂ ਬਸ। ਹੋਰ ਹੁਣ ਇੰਨੀ ਉਮਰ ਨਹੀਂ ਹੈਗੀ ਕੁੜੀਆਂ ਮੇਰੀ। ਨਹੀਂ ਚਾਚਾ ਕਾਹਨੂੰ, ਇਹ ਤਾਂ ਹਲੇ ਦੁੱਧ ਵਾਲੇ ਦੰਦ ਨਹੀਂ ਟੁੱਟੇ, ਇਹ ਤਾਂ ਨਿਆਣਾ ਹੈ। ਔਰ ਇੰਨਾ ਵੀ ਨਿਆਣਾ ਨਹੀਂ। ਚੱਲ ਕੋਈ ਨਾ, ਚੁੱਪ ਕਰ ਜਾ। ਨਾ ਦੇਖੋ ਫਿਰ ਕਹੋ ਭਾਈ ਗੱਲਬਾਤ ਕੀ ਕਹਿਣੀ ਆ ਹੁਣ। ਹੈ ਦੇਖ ਰਾਮ, ਗੱਲ ਤਾਂ ਇਹ ਆ, ਹਾਂ ਕੁੜੀ ਤਾਂ ਦੇਖ ਮੇਰੇ ਤੇ ਅੱਜ ਮੈਂ ਸਾਊ ਆ ਗਊ ਆ। ਨਾ ਦੇਖ ਲਈ ਭਾਈ, ਤੂੰ ਵੀ ਦੇਖਿਆ ਹੋਇਆ ਅੱਜ ਭਾਈ ਇਹਦੀ ਖੁੰਦੀ ਕੁੜੀ ਦੀ ਮਾਂ ਵੀ ਮੈਂ ਦੇਖ ਹੀ ਲਈ। ਦੇਖ ਲਈ ਆ ਕੁੜੀ ਦੇ ਮਾਂ ਦੇ ਕਿਹੜਾ ਭਾਈ ਸਿੰਗ ਲੱਗੇ ਨੇ ਵੀ ਤੇਰੇ ਢਿੱਡ 'ਚ ਮਾਰੇ। ਨਾ ਬਸ ਕਸਰ ਨਹੀਂ ਗੁਜਰੀ ਨਾ। ਠੀਕ ਹੈ ਗੱਲ, ਚਲੋ ਫਿਰ ਮੈਂ ਲਿਆਵਾਂ ਉਹਨਾਂ ਨੂੰ ਹੁਣ। ਹਾਂ ਨਾ ਦੱਸੋ ਚਾਚਾ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਬੋਲੋ। ਮੇਰੀ ਗੱਲ ਸੁਣ ਲਓ, ਮੁੰਡਾ ਮੈਨੂੰ ਚਾਹੀਦਾ ਪੂਰਾ ਸੋਹਣਾ ਸੁਨੱਖਾ ਗੋਰਾ ਚਿੱਟਾ। ਅੱਛਾ। ਹਾਂ ਤੇ ਲੰਬਾ ਲੰਜਾ ਪੂਰਾ ਹੋਵੇ। ਨਾਲ ਮੈਨੂੰ ਨਾ ਸ਼ਾਪਿੰਗ ਕਰਨ ਤੇ ਬਾਲੀ ਆਤ ਹੈ, ਮੈਂ ਤਾਂ ਰੋਜ਼ ਨਿੱਤ ਨਵੇਂ ਸੂਟ ਦਵਾਉਣ ਵਾਲਾ ਹੋਵੇ। ਠੀਕ ਹੈ ਭਾਈ, ਠੀਕ ਹੈ। ਹਾਂ ਨਾਲ ਮੈਨੂੰ ਨਾ ਖਾਣ ਪੀਣ ਦਾ ਵੀ ਬੜਾ ਸ਼ੌਂਕ ਆ, ਚਾਉਮੀਨ ਬਰਗਰ ਉਹ ਵੀ ਮੈਨੂੰ ਖਵਾਉਣ ਵਾਲਾ ਹੋਵੇ, ਕਿਤੇ ਉਹ ਵੀ ਕਹੇ ਵੀ ਰੋਟੀਆਂ ਹੀ ਖਾ ਲਾ ਸੁੱਕੀਆਂ। ਅੱਛਾ ਠੀਕ ਹੈ ਭਾਈ, ਗੱਲਾਂ ਜਿਹੜੀਆਂ ਕਹੀਆਂ ਨੇ ਤਾਂ ਕੁੜੀਆਂ ਸਾਰੀਆਂ ਹੀ ਨੇ ਉਹਦੇ 'ਚ। ਠੀਕ ਹੈ ਨਾ, ਬਾਇਲ 1% ਦਾ ਬਾਇਲ ਨਹੀਂ ਹੈਗਾ, ਲੰਬੇ ਦੀ ਤਾਂ ਗੱਲ ਕਰੀਏ, ਲੰਬਾ ਇੰਨਾ ਹੈ ਜੇ ਮੇਲੇ 'ਚ ਵਗ ਜੇ ਗੇੜਾ ਦੇਣ ਦੀ ਲੋੜ ਨਹੀਂ, ਦੂਰੋਂ ਖੜ ਕੇ ਮੇਲਾ ਦੇਖ ਲੈ ਲਾਲਾ ਸਾਹਿਬ, ਇੰਨਾ ਕੱਦਾਵਰ ਨੌਜਵਾਨ। ਨਾ ਦੇਖ ਪੁੱਤ, ਮੈਂ ਤੈਨੂੰ ਮਾੜੇ ਥਾਵੇਂ ਨਹੀਂ ਛੱਡਦਾ, ਮੇਰਾ ਦੇਖਿਆ ਬੁੱਝਿਆ ਸਾਰਾ ਕੁਛ, ਸੋਹਣਾ ਸੁਨੱਖਾ ਮੁੰਡਾ ਲੰਬਾ ਲੰਜਾ ਹੈ। ਤੂੰ ਭਾਈ ਸੁਖੀ ਬਸੇਂਗੀ, ਸਾਨੂੰ ਵੀ ਸੀਸਾਂ ਦਵੋਗੇ। ਉਹੀ ਤਾਂ ਗੱਲ ਹੈ, ਉਹੀ ਗੱਲ ਹੈ, ਮੈਨੂੰ ਤਾਂ ਇਹੀ ਝੋਰਾ ਖਾਈ ਜਾਂਦਾ ਕੁੜੀ ਦਾ। ਠੀਕ ਹੈ, ਹੋਰ ਬਸ ਇਹ ਬਾਹਰ ਤੋਂ ਉੱਠ ਖੜੇ ਮੇਰੀ ਟੈਨਸ਼ਨ ਦੂਰ ਹੋ ਜੂ, ਬਾਕੀ ਤਾਂ ਮੇਰੇ ਨਾਲ ਮਗਰੋਂ ਜਿਹੜਾ ਬਣਨਾ ਉਹ ਤਾਂ ਰੱਬ ਨੂੰ ਪਤੀ ਆ। ਚਲੋ ਤਾਂ ਭਾਈ ਠੀਕ ਹੈ, ਦੇਖ ਜਿਵੇਂ ਤੂੰ ਕਹਿਣਾ ਇੱਕ ਵਾਰੀ ਤੇਰੇ ਤੇ ਯਕੀਨ ਕਰਕੇ ਦੇਖ ਲੈਣੇ ਆ। ਠੀਕ ਹੈ, ਜਦੋਂ ਤੂੰ ਕਹੇਗਾ ਦੇਖ ਉਹਨਾਂ ਨੂੰ ਬੁਲਾ ਲਾਂਗੇ। ਪਰ ਮੈਂ ਇੱਕ ਗੱਲ ਹੋਰ ਸੁਣੀ ਤੀ ਕਿਸੇ ਤੋਂ, ਕਹਿੰਦੇ ਵੀ ਜਿਹੜੀ ਮੁੰਡੇ ਦੀ ਮਾਂ ਹੈ ਉਹ ਤਾਂ ਭਾਈ ਕਹਿੰਦੇ ਬਾਹਲੀ ਤੇਜ਼ ਹੈ। ਨਾ ਜੀ, ਉਹਦਾ ਤਾਂ ਸੁਣ ਲਿਆ, ਉਹ ਕੋਈ ਗੱਲ ਨੀ, ਤੇਜ਼ ਅੱਜ ਕੱਲ ਕਾਹਨੂੰ ਹੈ, ਇਹ ਤਾਂ ਹੁਣ ਹੁਣ ਤੇਜ਼ ਕਾਹਨੂੰ ਨੀ ਬੰਤ ਸਿਆ ਅੱਜ ਕੱਲ, ਹੁਣ ਤੁਸੀਂ ਆਪਦੇ ਜਵਾਬ ਨੂੰ ਚੱਲ ਕਾਹਨੂੰ ਕਹਿਣਾ। ਇੱਥੇ ਜ਼ਿੰਦਗੀ ਤੇਜ਼ ਹੋਈ ਪਈ ਹੈ, ਉਹ ਤਾਂ ਮੈਨੂੰ ਠੀਕ ਹੈ ਭਾਈ, ਜਿਹੜੀ ਗੱਲ ਤੂੰ ਮੁੰਡੇ ਦੀ ਮਾਂ ਤਾਂ ਜਿਹੀ ਜੀ ਹੈਗੀ ਆ, ਠੀਕ ਹੈ, ਕਿਉਂ ਉਹਦੀ ਤਾਂ ਚੱਲਦੀ ਨਹੀਂ ਹੈਗੀ ਤੁਹਾਡੇ ਵਾਂਗੂ, ਚੱਲਦੀ ਤਾਂ ਕਰਨੈਲ ਦੀ ਆ, ਕਰਨੈਲ ਬਾਰੇ ਤੁਸੀਂ ਪਤਾ ਕਰਿਆ ਨਹੀਂ, ਕਰਨੈਲ ਤਾਂ ਨਿਰੀ ਕਾਲੀ ਗਊ ਹੈ। ਦੇਖ ਲੈ ਭਾਈ, ਕਿਤੇ ਕੱਲ ਨੂੰ ਹੀ ਨਾ ਕਿ ਕੁੰਡੀਆਂ ਨੇ ਸਿੰਘ ਫਸਣ ਵਾਲਾ ਕੰਮ ਹੋ ਜਾਏ। ਨਹੀਂ 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 ਜੀ, ਐ ਨਹੀਂ, ਸਿੰਘ ਫਸਣਦੇ ਸਿੰਘ ਫਸਣਗੇ ਸਮਾਲ ਕੀ ਫਸਣਗੇ ਫਿਰ। ਉਹੀ ਕਹਿੰਦੀ ਆ ਵੀ ਹੁਣ ਦੇਖ ਕੇ ਰਿਸ਼ਤਾ ਕਰਾਈ ਕਿ ਤੇਰੇ ਛਿੱਤਰਾਂ ਨੂੰ ਕਰ ਲੈ ਘਰ। ਨਾ ਨਾ, ਕਰਨੈਲ ਦੀ ਤਾਂ ਸੋਭਾ ਸੁਣੀ ਨਹੀਂ ਤੁਸੀਂ। ਚਲੋ ਠੀਕ ਹੈ ਫਿਰ, ਮੈਂ ਠੀਕ ਹੈ ਭਾਈ, ਫਿਰ ਕਹਿ ਦੀ ਉਹਨਾਂ ਨੂੰ ਆ ਜਾਣਗੇ, ਕੱਲ ਨੂੰ ਲਿਆਉ ਫਿਰ ਮੈਂ। ਠੀਕ ਹੈ ਠੀਕ ਹੈ, ਚੱਲ ਠੀਕ ਹੈ, ਚੰਗਾ ਆਰਾਮ ਫਿਰ। ਹਾਂ ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਪਾਣੀ ਪੂਣੀ ਪੈ ਦੇ ਮੜਾ, ਠੰਡਾ ਛੱਟਾ ਮਾਰ ਦੇ, ਕੋਈ ਨਾ ਬੈਠ ਵਗ ਜਾ, ਪੀ ਲੂ ਮੈਂ ਤਾਂ ਪਾਣੀ ਆਪੇ ਲਾਉਣਾ ਇਹਦੇ ਗਲ ਨੂੰ ਮੈਂ। ਆਹੋ ਬਾਹਲੀ ਬੋਲਦਾ ਵੀ, ਰੁੜ ਜਾਣਾ ਲੰਬੂ ਜਾ।